22 ਤਵੀਆਂ ਜੀ, ਫਾਰਮ ਟਰੈਕਟਰ 60 ਨਾਲ 22 ਤਵੀਆਂ। ਇਹਨੂੰ ਕੋਈ ਫਾਰਮ ਟਰੈਕ ਨੂੰ ਤਾਂ ਬਿਲਕੁਲ ਜੀ ਪ੍ਰੋਬਲਮ ਨਹੀਂ ਆਉਂਦੀ ਚੱਕਣ ਵਿੱਚ ਕਿ ਜਾਂ ਵੀ ਮੂਹਰੇ ਚੱਕ ਹੋਵੇ, ਬਿਲਕੁਲ ਵੀ ਪ੍ਰੋਬਲਮ ਹੈ ਨਹੀਂ ਇੱਦਾਂ ਦੀ। ਕਿਉਂਕਿ ਟਰੈਕਟਰ ਮੂਹਰੇ ਬਹੁਤ, ਕਿਉਂਕਿ 22 ਤਵੀਆਂ ਆ, 22 ਤਵੀਆਂ ਦੀ ਗੱਲ ਕਰਦੇ ਵੈਸੇ ਤਾਂ ਛੋਟੇ ਟਰੈਕਟਰਾਂ ਨਾਲ 275 ਨਾਲ 20 ਆਰਾਮ ਨਾਲ ਚੱਕ ਹੁੰਦੀਆਂ ਆ, ਚੱਲਦੀਆਂ ਆ। ਬਟ ਆਪਾਂ ਇਹ ਗੱਲ ਕਰਦੇ ਹਾਂ ਕਿ ਫਾਰਮ ਟਰੈਕ ਬਾਕੀ ਟਰੈਕਟਰਾਂ ਨਾਲ ਮੂਹਰੇ ਬਹੁਤ ਭਾਰਾ, ਇਹਨੂੰ ਯਾਨੀ ਕਿ 19-21 ਦਾ ਵੀ ਨਹੀਂ ਫਰਕ ਹੈਗਾ ਟਰੈਕਟਰ ਚੱਕਣ ਵਿੱਚ ਪਾਉਣ ਵਿੱਚ, ਕਿਉਂਕਿ ਇਹ ਤਾਂ ਹਿਲਦਾ ਹੀ ਨਹੀਂ ਮੂਹਰੇ 22 ਨਾਲ 24 ਤਵੀਆਂ ਨਾਲ। ਵੈਸੇ ਫਾਰਮ ਟਰੈਕ ਚਲਾਉਣ 22 ਨੂੰ ਵਧੀਆ, ਮੈਂ 24 ਨਹੀਂ ਚਲਾ ਸਕਦਾ ਫਾਰਮ ਟਰੈਕ ਪ੍ਰੋਪਰ ਵਧੀਆ, 22 ਚਲਾਉਣ ਨੂੰ ਬਹੁਤ ਵਧੀਆ ਚਲਾਊਗਾ। ਤੁਹਾਨੂੰ ਚੱਲਦੀਆਂ ਦਿਖਾਵਾਂਗੇ ਆਪਾਂ 22 ਤਵੀਆਂ ਫਾਰਮ ਟਰੈਕ ਨਾਲ ਆਰਾਮ ਨਾਲ। ਇਹ ਜ਼ਿਮੀਂਦਾਰਾਂ ਦਾ ਟਰੈਕਟਰ ਆ ਜਿਹੜੇ ਇਹਨਾਂ 22 ਤਵੀਆਂ ਯੂਜ਼ ਕਰਦੇ ਹੀ ਆ। ਆਪਣੀ ਕੋਈ ਵੀਡੀਓ ਵਿੱਚ ਕਟਿੰਗ ਵਟਿੰਗ ਨਹੀਂ ਹੁੰਦੀ, ਐਡੀਟਿੰਗ ਬਿਲਕੁਲ ਨਹੀਂ ਆਪਾਂ ਕਰੀਦੀ, ਆਪਾਂ ਰਿਐਲਿਟੀ ਨਾਲ ਆਪਾਂ ਰਿਐਲਿਟੀ ਦਿਖਾ ਰਹੇ ਤੁਹਾਨੂੰ, ਕਿੱਦਾਂ ਚੱਲਣੀ ਆ, ਕਿੱਦਾਂ ਲੈਣੀ ਆ, ਕਿੱਦਾਂ ਪੈਣੀ ਆ, ਸਾਰਾ ਕੁਝ ਆਪਾਂ ਦਿਖਾ ਰਹੇ ਹਾਂ। ਆਪਣੀਆਂ ਵੀਡੀਓ ਵਿੱਚ ਬਿਲਕੁਲ ਕਟਿੰਗ ਵਟਿੰਗ ਨਹੀਂ ਕਿ ਹਾਂ ਵੀ ਆਪਾਂ ਕਸਟਮਰ ਨੂੰ ਕੋਈ ਗਲਤ ਦਿਖਾਈਏ, ਗਲਤ ਗਾਈਡ ਕਰੀਏ, ਆਪਣੇ ਵਿੱਚ ਉਹ ਬਿਲਕੁਲ ਨਹੀਂ। ਇਹ ਫਾਰਮ ਟਰੈਕ ਨਾਲ ਜੀ 22 ਤਵੀਆਂ ਆ, ਫਾਰਮ ਟਰੈਕ 22 ਆਰਾਮ ਨਾਲ ਟਰੈਕਟਰ ਚੱਲਦਾ, ਬੜੇ ਆਰਾਮ ਨਾਲ ਚੱਲਦਾ ਟਰੈਕਟਰ ਨੂੰ, ਕੋਈ ਪਰਵਾਹ ਨਹੀਂ ਕਿ 22 ਤਵੀਆਂ ਮਗਰ ਚੱਲਦੀਆਂ ਪਈਆਂ ਆ। ਫਾਰਮ ਟਰੈਕ 60 22 ਤਵੀਆਂ ਬੜੇ ਆਰਾਮ ਨਾਲ ਪਟਾਈ ਚੈੱਕ ਕਰ ਸਕਦੇ ਹਾਂ। ਪਟਾਈ ਦੇ ਮਾਮਲੇ ਆਪਾਂ ਤੁਹਾਨੂੰ ਅੱਗੇ ਵੀ ਕਹਿੰਦੇ ਹਾਂ, ਪਟਾਈ ਦੇ ਮਾਮਲੇ ਵਿੱਚ ਇੱਕ ਨੰਬਰ ਆ ਤਵੀਆਂ 22 ਤਵੀਆਂ। ਬੰਨਾ ਬਾਹਰ ਆਇਆ ਬੰਦਾ, ਫਾਰਮ ਟਰੈਕ 60 22 ਤਵੀਆਂ। ਪਾੜੇ ਤੋਂ ਬਾਹਰ, ਪਾੜੇ ਤੋਂ 22 ਤਵੀਆਂ ਬਾਹਰ ਹੋ ਜਾਣੀਆਂ ਆ। ਪਾੜੇ ਤੋਂ ਕਿੰਨੀਆਂ ਬਾਹਰ ਟਰੈਕਟਰ ਜਾਂਦਾ ਹੈ, 1.5 ਘੰਟੇ ਟਰੈਕਟਰ ਬਾਹਰ ਆ ਪਾੜੇ ਤੋਂ। ਤਵੀਆਂ ਚੱਲਦੀਆਂ ਦੇਖ ਲਓ ਜੀ, 22 ਤਵੀਆਂ। ਜ਼ਮੀਨ ਦਾ ਵੱਡੀ ਗੱਲ, ਤੁਸੀਂ ਲੈਵਲ ਦੇਖੋ, ਇੱਕ ਸਾਰ ਤਵੀਆਂ, ਇੱਕ ਸਾਰ ਆਹ ਦੇਖੋ, ਪਹਿਲਾ ਗੇੜਾ ਲਾ ਗਈ ਤਾਂ ਦੂਜਾ ਗੇੜਾ, ਇੱਕ ਸਾਰ ਤਵੀਆਂ। ਕੋਈ ਵੀ ਤੁਹਾਡੀ ਜ਼ਮੀਨ ਵੱਧ ਘੱਟ ਨਹੀਂ ਕਰੂਗੀਆਂ। ਆਪਾਂ ਉਸੇ ਗੇੜੇ ਵਿੱਚ 2 ਗੇੜੇ ਲਾਏ ਸੀ, ਤੀਸਰੇ ਗੇੜੇ ਵਿੱਚ ਆਪਾਂ ਨਾਲੇ ਹੀ ਆ ਗਏ ਹਾਂ, ਨਾਲ ਦੇ ਗੇੜੇ 'ਚ ਆ ਗਏ, ਉੱਥੇ ਬ੍ਰੇਕ ਲਾ ਕੇ ਮਾੜਾ ਮੋੜ ਕੇ ਫਾਰਮ ਟਰੈਕ ਆ ਜਦੋਂ ਫਾਰਮ ਟਰੈਕ ਨਾਲ 22 ਤਵੀਆਂ। ਲੈਵਲ ਦੇਖ ਲਓ ਜ਼ਮੀਨ ਦਾ, ਤੁਹਾਨੂੰ ਦਿਖਾ ਰਿਹਾ ਲੈਵਲ, ਇੱਕ ਸਾਰ ਆ, ਕਿਤੇ ਵੱਧ ਘੱਟ ਨਹੀਂ ਕਰਦੀਆਂ ਬਿਲਕੁਲ ਵੀ। ਪਟਾਈ ਦੇਖੋ ਤੁਸੀਂ, ਇੱਕ ਸਾਰ ਪਟਾਈ ਆ ਦੇਖ ਲਓ। ਕੋਈ ਤੁਹਾਨੂੰ ਪਾੜਾ ਦੀਦਾ, ਇੱਧਰ ਮੈਂ ਤੁਹਾਨੂੰ ਇੱਧਰੋਂ ਵੀ ਦਿਖਾਉਂਦਾ, ਕੋਈ ਤੁਹਾਨੂੰ ਪਾੜਾ ਦੀਦਾ ਆ ਦੇਖੋ, ਜਿੱਥੇ ਜਿਹੜੇ ਟਰੈਕਟਰ ਬਾਹਰ ਆ ਦੇਖੋ, ਪਾੜਾ ਆ ਉਹ ਪਰੇ ਰਹਿ ਜਾਂਦਾ ਇੰਡ 'ਚ ਪਾੜਾ, ਉਹ ਪਾੜਾ ਚੱਕਦੀਆਂ ਆਉਂਦੀਆਂ ਤਵੀਆਂ ਦੇਖੋ, ਆਹ ਦੇਖੋ ਆਹ ਪਾੜਾ ਆ, ਆਹ ਪਾੜਾ ਆ, ਅਤੇ ਪਾੜਾ ਚੱਕਦੀਆਂ ਆਉਂਦੀਆਂ ਤਵੀਆਂ, ਆਹ ਦੇਖੋ ਆਹ ਟਰੈਕਟਰ ਪਾੜੇ ਡਿੱਗਿਆ, ਟਰੈਕਟਰ ਮਰ ਗਿਆ। ਜਦੋਂ ਆਪਾਂ ਪਾੜੇ ਛੱਡ ਦਿੰਦੇ ਹਾਂ ਟਰੈਕਟਰ ਉਸੇ ਵੇਲੇ ਮਰ ਜਾਂਦਾ, ਆਹ ਦੇਖੋ ਪਾੜਾ ਪੂਰਦੀਆਂ ਜਾਂਦੀਆਂ ਤਵੀਆਂ ਦੇਖ ਲਓ, ਇੱਕ ਸਾਰ ਰਹਿਣ, ਪਾੜਾ ਬਾਹਰ ਰਹਿ ਗਿਆ, ਠੀਕ ਹੈ ਜੀ, ਆ ਫਿਰ ਅੰਦਰ ਅੰਦਰ ਰਹਿਣ ਇੱਕ ਸਾਰ ਆ। ਇਹਨਾਂ ਦਾ ਬਹਾਈ ਕਰਨ ਦਾ ਤਰੀਕਾ ਵੀ ਡਿਫਰੈਂਟ ਆ ਥੋੜ੍ਹਾ ਜਿਹਾ, ਆ ਜਾਓ ਪਾੜੇ ਦੇ ਫਿਰ ਆਪਾਂ ਬਾਹਰ ਜਾਣਾ। ਹੁਣ ਆਪਾਂ ਤੁਹਾਨੂੰ ਹੋਰ ਮਹਿੰਦੀ ਦਿਖਾਉਂਦੇ ਹਾਂ, ਆ ਇੱਦਾਂ ਹੀ ਆਪਾਂ ਹੁਣ
ਉਸੇ ਹੀ ਸਰਾਖ 'ਚ ਉਸੇ 'ਚ ਜੀ ਟਰੈਕਟਰ ਦੋਰ ਪਾਉਣ ਲੱਗਾ ਆ, ਆਹ ਦੋਰ ਪੈਣ ਲੱਗੀ ਜੀ ਦੇਖੀ। ਟਰੈਕਟਰ ਨੂੰ ਨਹੀਂ ਕੋਈ ਪਰਵਾਹ, ਦੋਰ ਦੀ ਕਹਿਰ ਦੀ ਕੋਈ ਪਰਵਾਹ ਨਹੀਂ, ਕਿਉਂਕਿ ਤਵੀਆਂ ਦੀ ਬਣਤਰ ਇੱਦਾਂ ਦੀ ਆ, ਇਹਨਾਂ ਨੇ ਇੱਕ ਸਾਰ ਪਟਾਈ ਕਰਨੀ ਹੈ ਅਤੇ ਪਾੜੇ ਤੋਂ ਬਾਹਰ ਚੱਲਣਾ ਆ। ਜਦ ਤਵੀਆਂ ਨੇ ਪਾੜੇ ਤੋਂ ਬਾਹਰ ਚੱਲਣਾ ਆ, ਟਰੈਕਟਰ ਨੇ ਇੱਕ ਸਾਰ ਪਟਾਈ ਕਰਨੀ ਆ, ਤਵੀਆਂ ਨੇ ਇੱਕ ਸਾਰ ਪਟਾਈ ਕਰਨੀ ਤਾਂ ਟਰੈਕਟਰ ਲੋਡ ਨਹੀਂ ਲਊਗਾ, ਕਿਉਂਕਿ ਪਾੜੇ ਤੋਂ ਬਾਹਰ ਚੱਲਦਾ ਆ। ਪਾੜੇ ਤੋਂ ਬਾਅਦ ਦੋਨੇ ਟਾਇਰ ਕੱਢ ਕੇ ਜ਼ੋਰ ਮਾਰ ਰਿਹਾ, ਦੇਖ ਹੁਣ ਦੋਰ ਪਾ ਰਿਹਾ ਟਰੈਕਟਰ। ਟਰੈਕਟਰ ਨੂੰ ਦੋਰ ਵਿੱਚ ਬਿਲਕੁਲ ਤਵੀਆਂ ਦੇ ਲਓ ਤੁਸੀਂ, ਤਵੀਆਂ ਦੀ ਹੁਣ ਪਟਾਈ ਦੇਖ ਲਓ ਵੀ ਕਿੱਥੇ ਚਲੇ ਗਈਆਂ, ਸ਼ਾਫਟਾਂ ਟੱਚ ਹੁੰਦੀਆਂ ਜ਼ਮੀਨ ਨਾਲ। ਟਰੈਕਟਰ ਨੂੰ ਕੋਈ ਪਰਵਾਹ ਨਹੀਂ, ਆਹ ਦੇਖੋ ਆਹ ਟਰੈਕਟਰ ਦੋਰ ਪਾ ਰਿਹਾ ਅਤੇ ਦੋਰ ਵਿੱਚ ਆਹ ਪਾੜਾ ਆ ਹੁਣ ਤੁਹਾਡੇ ਸਾਹਮਣੇ, ਆਹ ਪਾੜੇ ਜਾਊਗਾ ਟਰੈਕਟਰ, ਪਾੜਾ ਪੂਰਦਾ ਜਾਊਗਾ, ਆਹ ਦੇਖ ਲਓ। ਬਾਈ ਨਵੀਆਂ ਆ, ਪਟਾਈ ਚੈੱਕ ਕਰ ਲਓ ਜ਼ਮੀਨ ਨਾਲ, ਦੇਖ ਲਓ ਔਰ ਜ਼ਮੀਨ ਨਾਲ ਦੇਖ ਲਓ ਬੁੱਗੇ ਟੱਚ ਹੁੰਦੇ ਜਾਂਦੇ ਆ, ਦੇਖ ਲਓ ਪਟਾਈ ਪੂਰੀ ਕਰਦੀ ਆ ਜੀ।